ਅਸਲਾਮ ਅਲੈਕੁਮ, ਹੈਲੋ ਐਵਰੀਵਨ, ਕੈਸੇ ਹੋ ਜੀ ਤੁਸੀਂ ਸਾਰੇ? ਅਸੀਂ ਤਾਂ ਠੀਕ ਠਾਕ, ਅਸੀਂ ਆ ਗਏ ਹਾਂ ਜੀ ਇੱਕ ਹੋਰ ਵਲੌਗ ਦੇ ਨਾਲ। ਅਤੇ ਮੈਂ ਕਿਹਾ ਚਲੋ ਜੀ ਅਸੀਂ ਇਕੱਲੇ ਇਕੱਲੇ ਕਿਉਂ ਜੀ ਸੈਰੋ ਤਫਰੀ ਕਰੀਏ, ਅਤੇ ਹਰਮ ਦੇ ਬਾਰੇ 'ਚ ਅਸੀਂ ਕਿਹਾ ਜੀ ਚੱਲੀਏ, ਤੁਹਾਨੂੰ ਵੀ ਨਾਲ ਆਪਣੇ ਲੈ ਕੇ ਚੱਲਦੇ ਹਾਂ। ਅਤੇ ਅਸੀਂ ਹਰਮ ਦੇ ਬਾਹਰ ਆਏ ਹੋਏ ਹਾਂ, ਅਤੇ ਹੁਣ ਅਸਾਂ ਨੇ ਅੰਦਰ ਜਾਣਾ ਹੈ ਕਿ ਅਸਾਂ ਨੇ ਹੁਣ ਥਰਡ ਇਨਸ਼ਾਅੱਲਾ, ਅਤੇ ਇਨਸ਼ਾਅੱਲਾ ਉਹ ਬੱਸ ਤੇ ਹੈ। ਇਹ ਜੀ ਅਜ਼ਾਨ ਹੋ ਗਈ ਸੀ ਅਤੇ ਅਸੀਂ ਅਜੇ ਬਾਹਰ ਘੁੰਮਣ ਲੱਗੇ ਸੀ, ਅਤੇ ਅਸੀਂ ਜੀ ਇਹਰਾਮ ਸਭ ਨੇ ਪਾਏ ਨੇ, ਅਸੀਂ ਮੰਦਰ ਵਗੈਰਾ ਪੜ੍ਹ ਚੁੱਕੇ ਹਾਂ, ਨੀਅਤ ਕਰ ਲਈ ਅਸੀਂ ਹੁਣ ਅਸੀਂ ਜਾਣਗੇ ਜੀ ਅੰਦਰ ਹਰਮ ਦੇ, ਅਤੇ ਉਸ ਤੋਂ ਬਾਅਦ ਅਸੀਂ ਜੀ ਥਰਡ ਆਪਣਾ ਉਮਰਾ ਕਰਾਂਗੇ। ਅਤੇ ਇਹ ਸਾਡਾ ਲਾਸਟ ਉਮਰਾ ਹੋਗਾ, ਸਾਡੇ ਕੋਲ ਇੱਕ ਦਿਨ ਰਹਿ ਗਿਆ, ਅਤੇ ਉਸ ਤੋਂ ਬਾਅਦ ਜੀ ਅਸਾਂ ਨੇ ਵਾਪਸ ਜਾਣਾ ਹੈ ਉਹ ਸਾਨੂੰ ਜੀਨੇ ਦੇ, ਉਸ ਤੋਂ ਬਾਅਦ ਅਸੀਂ ਜੀਨੇ ਦਾ ਕਰਾਂਗੇ, ਉਹ ਫਿਰ ਅਸੀਂ ਤੁਹਾਨੂੰ ਅੱਗੇ ਬੁਲਾਓ ਵੀ ਦੱਸਦੇ ਰਹਾਂਗੇ। ਅਤੇ ਇਹ ਹੁਣ ਅਸੀਂ ਅੰਦਰ ਜਾ ਰਹੇ ਹਾਂ, ਦੇਖ ਕੇ ਕਿੰਨਾ ਰਸ਼ ਹੋ ਰਿਹਾ, ਅਤੇ ਅਸੀਂ ਜੀ ਹਰਮ ਦੇ ਅੰਦਰ ਜਾਵਾਂਗੇ ਇਨਸ਼ਾਅੱਲਾ, ਅਸੀਂ ਜਾ ਕੇ ਉੱਥੇ ਥਰਡ ਉਮਰਾ ਕਰਾਂਗੇ। ਇਹ ਜੀ ਅਸੀਂ ਹੁਣ ਹਰਮ ਦੇ ਅੰਦਰ ਆ ਚੁੱਕੇ ਹਾਂ, ਇਨਸ਼ਾਅੱਲਾ ਹੁਣ ਅਸੀਂ ਅੱਗੇ ਜਾਣ ਲੱਗੇ ਹੋਏ ਹਾਂ ਜੀ, ਜਿਹੜਾ ਕਿ ਜਿੱਥੇ ਕਿ ਖਾਨਾ ਕਾਬਾ ਸ਼ਰੀਫ ਹੈ ਉਸ ਤਰਫ ਜਾ ਰਹੇ ਹਾਂ। ਅਤੇ ਅਸੀਂ ਜਿਹੜਾ ਵਾ ਗਰਾਊਂਡ ਫਲੋਰ ਜਿਹੜਾ ਉੱਥੇ ਹੀ ਅਸੀਂ ਜਿਹੜਾ ਨਾ ਉਮਰਾ ਕਰਨਾ ਹੈ, ਉੱਥੇ ਹੀ ਤਵਾਫ ਕਰਨਾ ਹੈ, ਅਸੀਂ ਫਸਟ ਫਲੋਰ ਸੈਕਿੰਡ ਫਲੋਰ 'ਤੇ ਅਸੀਂ ਨਹੀਂ ਜਾਂਦੇ। ਇਹ ਜਿਹੜਾ ਹੁਣ ਸ਼ਾਮ ਦਾ ਟਾਈਮ ਹੈ, ਅਤੇ ਸਾਡੀ ਨਾ ਇਹ ਵਾਲੀ ਆਖਰੀ ਰਾਤ ਹੈ ਹੁਣ ਮੱਕਾ 'ਚ, ਤੋ ਇਨਸ਼ਾਅੱਲਾ ਹਮ ਫਿਰ ਜਾਏਂਗੇ ਮਦੀਨਾ ਕੀ ਤਰਫ, ਤੋ ਹਮਨੇ ਕਹਾ ਕਿ ਚਲੇ ਇੱਕ ਆਖਰੀ ਉਮਰਾ ਕਰਤੇ ਹੈ, ਫਿਰ ਉਸਕੇ ਬਾਅਦ ਸੁਬਹ ਕੇ ਟਾਈਮ ਪੇ ਹਮ ਜੋ ਹੈ ਤਵਾਫੇ ਵਿਦਾ ਕਰੇਂਗੇ, ਔਰ ਉਸਕੇ ਬਾਅਦ ਹਮ ਜੋ ਹੈ ਮਦੀਨਾ ਕੇ ਲਈ ਨਿਕਲੇਂਗੇ। ਤੋ ਯੇ ਹਮ ਜਾ ਰਹੇ ਹੈ ਇਸ ਵਕਤ ਵੀ, ਦੇਖੇ ਰਸ਼ ਇਤਨਾ ਜ਼ਿਆਦਾ ਕਿ ਅਭੀ ਇਸ਼ਾ ਕੀ ਨਮਾਜ਼ ਬਾਕੀ ਹੈ, ਯੇ ਮਗਰਿਬ ਕਾ ਟਾਈਮ ਹੈ, ਤੋ ਲੋਕ ਜੋ ਹੈ ਉਹ ਇਤਨੇ ਉਹ ਭਰ ਜਾਤੇ ਹੈ। ਮੈਨੇ ਪੂਰਾ ਆਪਣਾ ਉਮਰਾ ਤੋਂ ਨਹੀਂ ਦਿਖਾਇਆ, ਲੇਕਿਨ ਮੈਨੇ ਕਿਹਾ ਚਲੇ ਥੋੜ੍ਹੀ ਸੀ ਆਪਕੋ ਕਲਿਪਸ ਦਿਖਾ ਦੇਤੀ ਹੂੰ। ਤੋ ਯੇ ਦੇਖੇ ਹਮ ਅਭੀ ਉਮਰਾ ਕਰਨੇ ਕੇ ਬਾਅਦ ਯਹਾਂ ਪੇ ਥੋੜ੍ਹੀ ਦੇਰ ਬੈਠੇ ਥੇ, ਔਰ ਹਮ ਜੋ ਹੈ ਕਾਬਾ ਕੇ ਪਾਸ ਇਹ ਲੇਡੀਜ਼ ਕਾ ਏਰੀਆ ਹੋਤਾ ਹੈ, ਵਹਾਂ ਪੇ ਹਮ ਬੈਠੇ ਹੋਏ ਹੈਂ, ਆਦਮੀ ਅਲੱਗ ਬੈਠਤੇ ਹੈ, ਔਰਤਾਂ ਅਲੱਗ ਬੈਠਤੀ ਹੈ, ਤੋ ਹਮ ਇੱਧਰ ਬੈਠੇ ਹੋਏ ਥੇ। ਤੋ ਮੈਂ ਇੱਧਰ ਕੋਸ਼ਿਸ਼ ਕਰ ਰਹੀ ਥੀ ਬਾਤ ਕਰਨੇ ਕੀ, ਲੇਕਿਨ ਇਤਨਾ ਜ਼ਿਆਦਾ ਸ਼ੋਰ ਥਾ, ਔਰ ਮੈਂ ਵੀ ਆਸਤਾ ਬੋਲ ਰਹੀ ਥੀ, ਤੋ ਆਵਾਜ਼ ਯਹਾਂ ਪੇ ਕਲੀਅਰ ਨਹੀਂ ਥੀ, ਤੋ ਇਸ ਲਈ ਮੈਨੇ ਆਪਣੇ ਆਪਕੋ ਮਿਊਟ ਕਰ ਦਿਆ ਯਹਾਂ ਪੇ। ਤੋ ਮੈਨੇ ਕਿਹਾ ਚਲੇ ਐਟਲੀਸਟ ਆਪ ਲੋਕ ਕਾਬਾ ਸ਼ਰੀਫ ਦੇਖੇ, ਅੰਦਰ ਸੇ ਹਰਮ ਕੋ ਦੇਖੇ, ਅਲਹਮਦੁਲਿਲਾ ਯਹਾਂ ਪੇ ਅਭੀ ਦੇਖ ਕੇ ਇਤਨਾ ਮਜ਼ਾ ਆ ਰਹਾ ਥਾ ਕਿ ਯਕੀਨ ਨਹੀਂ ਆ ਰਹਾ ਥਾ ਕਿ ਹਮ ਕਾਬਾ ਮੇ ਥੇ ਅਲਹਮਦੁਲਿਲਾ। ਤੋ ਅਭੀ ਹਮ ਜੋ ਹੈ ਇਸ਼ਾ ਕੀ ਨਮਾਜ਼ ਪੜ੍ਹੇਂਗੇ ਯਹਾਂ ਪੇ, ਔਰ ਉਸਕੇ ਬਾਅਦ ਆਪਣੇ ਹੋਟਲ ਕੀ ਤਰਫ ਜਾਏਂਗੇ, ਵਹਾਂ ਪੇ ਜਾ ਕੇ ਹਮ ਰੈਸਟ ਕਰੇਂਗੇ, ਔਰ ਜੋ ਬੈਗ ਵਗੈਰਾ ਪੈਕ ਕਰਨੇ ਹੈ ਵੋ ਕਰੇਂਗੇ। ਤੋ ਇਸੀ ਕੇ ਸਾਥ ਮੈਂ ਆਪ ਲੋਗੋਂ ਸੇ ਇਜਾਜ਼ਤ ਚਾਹੂੰਗੀ, ਅੱਲਾ ਹਾਫਿਜ਼, ਦੁਆਓਂ ਮੇਂ ਯਾਦ ਰੱਖੀਏਗਾ, ਔਰ ਆਪਣੇ ਫੈਮਿਲੀ ਔਰ ਫਰੈਂਡਸ ਕੋ ਜ਼ਰੂਰ ਹਮਾਰੇ ਚੈਨਲ ਕੇ ਬਾਰੇ ਮੇਂ ਬਤਾਈਏਗਾ, ਔਰ ਕਿਆ ਕਹਤੇ ਹੈਂ ਹਮੇਂ ਆਪ ਲੋਗੋਂ ਕੀ ਸਪੋਰਟ ਕੀ ਜ਼ਰੂਰਤ ਹੈ, ਜ਼ਰੂਰ ਸਪੋਰਟ ਕੀਜੀਏਗਾ। ਇਸੀ ਕੇ ਸਾਥ ਅੱਲਾ ਹਾਫਿਜ਼।